ਆਪਾਂ ਬੱਚਿਆਂ ਦੇ ਸਵੇਰੇ ਬਣਾ ਬਣਾ ਕੇ ਡੱਬਿਆਂ ਦੇ ਵਿੱਚ ਮੈਗੀ ਵਰਗੀਆਂ ਚੀਜ਼ਾਂ ਜਾਂ ਮੈਦੇ ਵਾਲੀਆਂ ਚੀਜ਼ਾਂ ਭਰੀ ਜਾਂਦੇ ਹਾਂ ਡੱਬਿਆਂ 'ਚ। 3-4 ਸਾਲ ਦਾ ਬੱਚਾ ਜਦੋਂ ਉਸ ਚੀਜ਼ ਨੂੰ ਖਾ ਰਿਹਾ ਹੈ, ਐਡੀ ਜ਼ਹਿਰ ਨੂੰ ਉਹਦੀ ਅੰਤੜੀ 'ਚ ਦਿਨ ਪਰ ਦਿਨ ਅੰਦਰ ਜੰਮਦਾ ਜਾਊਗਾ ਤਾਂ ਬੱਚਿਆਂ ਨੂੰ ਬਿਮਾਰੀਆਂ ਦੇਖੋ ਤੁਸੀਂ 8-8, 10-10 ਦੇ ਸਾਲ ਦੇ ਜਿਹੜੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਸ਼ੂਗਰ ਹੋਇਆ ਹੋਇਆ, ਉਹ 10 ਸਾਲ ਦਾ ਬੱਚਾ ਹੁੰਦਾ, ਦੇਖਣ ਨੂੰ ਉਹ 4-5 ਸਾਲ ਦਾ ਲੱਗਦਾ। ਕਿਉਂ? ਕਿਉਂਕਿ ਉਹਨੂੰ ਅਸਲੀ ਦੁੱਧ ਦਹੀਂ ਲੱਸੀ ਦੀ ਖੁਰਾਕ ਜਿਹੜੀ ਅਸਲੀ ਖੁਰਾਕ ਹੈ ਉਹ ਤਾਂ ਉਹਨੂੰ ਮਿਲੇ ਨਹੀਂ ਰਹੀ। ਹੁਣ ਤੁਸੀਂ ਦੇਖੋ ਬੱਚੇ ਨਾ ਤਾਂ ਦੁੱਧ ਪੀਂਦੇ ਨੇ, ਨਾ ਦਹੀਂ ਲੈਂਦੇ ਨੇ, ਲੱਸੀ ਜਾਂ ਘਿਓ ਖਾ ਕੇ ਬੱਚਿਆਂ ਨੂੰ ਅੱਜ ਕੱਲ੍ਹ ਕਹਿ ਲਓ ਹਜ਼ਮ ਨਹੀਂ ਹੁੰਦਾ, ਉਲਟੀਆਂ ਆ ਜਾਂਦੀਆਂ। ਘਰੇ ਖਾਣਾ ਨਹੀਂ ਖਾਂਦੇ, ਉਹਨਾਂ ਨੇ ਦੁਪਹਿਰੇ ਵੀ ਖਾਣਾ ਬਾਹਰ ਖਾਣਾ, ਸ਼ਾਮ ਨੂੰ ਵੀ ਬਰਗਰ ਖਾ ਕੇ ਘਰੇ ਆ ਜਾਣਾ, ਉਹ ਤੁਸੀਂ ਦੇਖੋ ਵੀ ਉਹ ਤੰਦਰੁਸਤੀ ਵੱਲ ਵਧਣਗੇ ਕਿਵੇਂ? ਪੇਟ ਉਹਨਾਂ ਦੇ ਫੁੱਲੀ ਜਾਂਦੇ ਨੇ, ਸਰੀਰ ਘਟੀ ਜਾਂਦੇ ਨੇ ਦਿਨ ਪਰ ਦਿਨ ਉਹਨਾਂ ਨੂੰ। ਤੁਸੀਂ ਦੇਖੋ ਵੀ 5-5 ਸਾਲ, 7-7 ਸਾਲ ਦੇ ਬੱਚਿਆਂ ਨੂੰ ਤੁਰਦੇ ਤੋਂ ਭੱਜਦੇ ਸਮੇਂ ਸਾਹ ਚੜ੍ਹਦਾ। ਕਿਉਂ ਚੜ੍ਹਦਾ? ਕਿਉਂਕਿ ਜਿਹੜੇ ਅਸਲੀ ਵਿਟਾਮਿਨ ਮਿਨਰਲ ਜਿਹੜੇ ਸਾਨੂੰ ਘਰ ਦੀ ਖੁਰਾਕ 'ਚੋਂ ਮਿਲਣੇ ਆ ਉਹ ਸਾਨੂੰ ਮਿਲੇ ਨਹੀਂ ਰਹੇ। ਬੱਚਿਆਂ ਦੇ ਵਿੱਚ ਨਾ ਇੱਕ ਚਿੜਚਿੜਾਪਣ ਦੇਖਣ, ਬਿਲਕੁਲ ਜੀ, ਉਹ ਬੱਚੇ ਚਿੜਚਿੜੇ ਹੋ ਜਾਂਦੇ ਨੇ, ਮਾਂ ਬਾਪ ਵੀ ਡਰਦੇ ਨੇ ਵੀ ਇਹਦਾ ਕਾਹਨੂੰ ਮੂਡ ਹੋਰ ਖਰਾਬ ਕਰ ਰਹੇ ਇਹਨੂੰ, ਲੈ ਦੇ ਜੀ ਉਹਨੂੰ ਕਿਵੇਂ ਦੇ ਚਿੜਚਿੜਾ? ਦੇਖੋ ਚਿੜਚਿੜਾਪਣ ਦਾ ਮੇਨ ਕਾਰਨ ਹੈ ਜੀ ਪੇਟ ਦੇ ਵਿੱਚ ਗਰਮੀ ਹੋਣਾ ਜੀ। ਠੀਕ ਹੈ ਜੀ, ਬੱਚਾ ਇੱਕ ਚਿੜਚਿੜਾਪਣ ਜ਼ਿਆਦਾ ਬੱਚੇ ਛੋਟੇ ਬੱਚੇ ਦੇ ਵਿੱਚ ਚਿੜਚਿੜਾਪਣ ਉਦੋਂ ਹੀ ਆਉਂਦਾ ਜਦੋਂ ਬੱਚੇ ਦੇ ਪੇਟ ਦੇ ਵਿੱਚ ਗਰਮੀ ਹੁੰਦੀ ਹੈ। ਉਹ ਪੇਟ ਦੀ ਗਰਮੀ ਸਭ ਤੋਂ ਵੱਧ ਸਾਡੇ ਦਿਮਾਗ ਨੂੰ ਖਰਾਬ ਕਰਦੀ ਹੈ, ਉਹ ਦਿਮਾਗ ਨੂੰ ਚੜ੍ਹ ਜਾਂਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਆ ਬਲਵਿੰਦਰ ਬਿੱਟੂ। ਸੋ ਦਰਸ਼ਕੋ, ਅਸੀਂ ਤੁਹਾਡੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ, ਜਿਹਦੇ ਚੱਲਦੇ ਅਸੀਂ ਤੁਹਾਨੂੰ ਹਰ ਇੱਕ ਵੈਦਨਾ ਮਿਲਾਉਂਦੇ ਹਾਂ। ਅਤੇ ਅੱਜ ਅਸੀਂ ਫਿਰ ਇੱਕ ਵਾਰ ਦੁਬਾਰਾ ਫਤਿਹਗੜ੍ਹ ਜ਼ਿਲ੍ਹੇ 'ਚ ਪੈਂਦਾ ਪਿੰਡ ਸੰਗਰੋਲ, ਉੱਥੇ ਆ ਭੰਗੂ ਆਯੁਰਵੈਦਿਕ ਦਵਾਖਾਨਾ, ਜਿਹਦੇ ਵੈਦ ਨੇ ਜਗਰੂਪ ਸਿੰਘ ਜੀ ਭੰਗੂ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਸਮੱਸਿਆ ਦਾ ਹੱਲ ਜਾਣਾਂਗੇ ਅਤੇ ਸਮੱਸਿਆ ਬਾਰੇ ਦੱਸਾਂਗੇ ਹੁੰਦੀਆਂ ਕਿਉਂ ਨਹੀਂ, ਬੱਚਿਆਂ ਬਾਰੇ ਗੱਲਬਾਤ ਕਰਾਂਗੇ। ਭੰਗੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ 'ਤੇ। ਭੰਗੂ ਸਾਹਿਬ, ਬੱਚਿਆਂ ਦਾ ਕੱਦ ਛੋਟਾ ਰਹਿ ਜਾਂਦਾ ਜਾਂ ਉਹਨਾਂ ਨੂੰ ਬਹੁਤ ਸਮੱਸਿਆਵਾਂ ਆਉਂਦੇ ਜੋ ਮਾਪੇ ਨੂੰ ਪਤਾ ਨਹੀਂ ਲੱਗਦੇ, ਮਾਪੇ ਇਗਨੋਰ ਕਰਦੇ ਨੇ ਜੀ। ਬਿਲਕੁਲ ਜੀ, ਕੀ ਸਮੱਸਿਆਵਾਂ ਨੇ ਅਤੇ ਕੀ ਹੱਲ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਦੇਖੋ ਬੱਚਿਆਂ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਖਾਣ ਪੀਣ ਕਿੱਦਾਂ ਦੇ ਹੋ ਗਏ ਜੀ। ਹਰ ਆਪਾਂ ਮਾਂ ਬਾਪ ਨੂੰ ਕਹਿੰਦੇ ਹਾਂ ਵੀ ਅਸੀਂ ਤੁਸੀਂ ਆਹ ਲੇਜ਼ ਖਾਣ 'ਤੇ ਬੰਦ ਕਰੋ ਜਾਂ ਬਾਹਰਲੀਆਂ ਤਲੀਆਂ ਚੀਜ਼ਾਂ ਖਾਣੀਆਂ ਬੰਦ ਕਰੋ ਜੀ, ਅਤੇ ਉਹ ਉਹਨਾਂ ਦਾ ਸਵਾਲ ਜਾਂ ਜਵਾਬ ਸਿਰਫ ਇੱਕੋ ਹੁੰਦਾ ਹੈ ਵੀ ਅਸੀਂ ਬੱਚੇ ਨੂੰ ਕਿਵੇਂ ਰੋਕੀਏ ਜੀ, ਬੱਚਾ ਜ਼ਿੱਦ ਕਰਦਾ। ਦੇਖੋ ਹੁਣ ਜਦ ਤੁਸੀਂ ਇੱਕ ਬਚਪਨ ਹੈ, ਬਚਪਨ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਬਾਜ਼ਾਰੋਂ ਕੀ ਮਿਲਦਾ ਕੀ ਨਹੀਂ ਹੈ, ਕਿਹੜੀ ਚੀਜ਼ ਮਿੱਠੀ ਹੈ ਕਿਹੜੀ ਕੌੜੀ ਹੈ। ਜਿੱਦਾਂ ਨੇ ਪੇਰੈਂਟਸ ਨੇ ਮਾਂ ਬਾਪ ਨੇ ਬੱਚਿਆਂ ਨੂੰ ਲਾਉਣਾ ਅਜਿਹੀ ਜਿਹੀ ਚੀਜ਼, ਬੱਚਾ ਹੁਣ ਹਲਕਾ ਜਿਹਾ ਰੋਇਆ ਉਹਨੂੰ ਲੈ ਕੇ ਟੌਫੀਆਂ ਦੇਤੀਆਂ, ਹਲਕਾ ਜਿਹਾ ਜ਼ਿੱਦ ਕੀਤੀ ਉਹਨੇ ਲੈ ਕੇ ਪੈਕਟ ਦੇ ਤਾ ਖਾਣ ਨੂੰ ਤਲੀਆਂ ਚੀਜ਼ਾਂ ਦਾ, ਉਹ ਜਿੱਦਾਂ ਦਾ ਤੁਸੀਂ ਉਹਨੂੰ ਖਾਣ ਦਿਓਗੇ ਉੱਦਾਂ ਦਾ ਉਹਨੂੰ ਖਾਣ ਦਾ ਭੁੱਸ ਪੈਂਦਾ ਜਾਊਗਾ। ਦੇਖੋ ਜਦੋਂ ਹੁਣ ਜਿੰਨੀਆਂ ਬੱਚਿਆਂ ਨੂੰ ਆਪਾਂ ਤਲੀਆਂ ਚੀਜ਼ਾਂ ਅੱਜ ਦੇ ਸਮੇਂ 'ਚ ਖਵਾ ਰਹੇ ਨੇ ਲੋਕ, ਉਹ ਤੁਸੀਂ ਦੇਖੋ ਵੀ 2-2 ਸਾਲ ਦੇ ਬੱਚਿਆਂ ਦੇ ਲੀਵਰ ਜਿਹੜੇ ਕਮਜ਼ੋਰ ਹੋ ਰਹੇ ਨੇ, ਉਹਨਾਂ ਦੇ ਫਿਰ ਕੱਦ ਕਿਵੇਂ ਵਧਣਗੇ, ਸਰੀਰ ਕਿਵੇਂ ਵਧੂ ਫੁੱਲੂਗਾ। ਤੁਸੀਂ ਦੇਖੋ ਵੀ 10 ਸਾਲ ਦਾ ਬੱਚਾ ਹੁੰਦਾ, ਦੇਖਣ ਨੂੰ ਉਹ 4-5 ਸਾਲ ਦਾ ਲੱਗਦਾ। ਕਿਉਂ? ਕਿਉਂਕਿ ਉਹਨੂੰ ਅਸਲੀ ਦੁੱਧ ਦਹੀਂ ਲੱਸੀ ਦੀ ਖੁਰਾਕ ਜਿਹੜੀ ਅਸਲੀ ਖੁਰਾਕ ਹੈ ਉਹ ਤਾਂ ਉਹਨੂੰ ਮਿਲੇ ਨਹੀਂ ਰਹੀ। ਠੀਕ ਹੈ ਜੀ, ਉਹ ਸਾਰੇ ਬਾਹਰਲੇ ਖਾਣੇ ਖਾ ਕੇ ਜਿਹੜੇ ਬਣਾਉਟੀ ਤੱਤ ਨੇ, ਪਲਾਸਟਿਕ ਵਾਲੀਆਂ ਬਣੀਆਂ ਹੋਈਆਂ ਚੀਜ਼ਾਂ ਜਾਂ ਕੈਮੀਕਲ ਭਰਪੂਰ ਜਿਹੜੇ ਖਾਣੇ ਆ, ਜਦੋਂ ਖਾਵਾਂਗੇ ਮੈਦੇ ਵਾਲੀਆਂ ਚੀਜ਼ਾਂ। ਹੁਣ ਅੱਜ ਕੱਲ੍ਹ ਤੁਸੀਂ ਮਾਵਾਂ ਕਈ ਵਾਰੀ ਸੁਣ ਕੇ ਬੰਦਾ ਬਹੁਤ ਇਸ ਚੀਜ਼ ਨੂੰ ਫੀਲ ਵੀ ਕਰਦਾ, ਗੁੱਸਾ ਵੀ ਕਰਦਾ, ਹੈ ਨਾ। ਰੋਟੀ ਬਣਾਉਣ ਦੇ ਮਾਰਾ ਜਾਂ ਵਧੀਆ ਅੱਛਾ ਖਾਣਾ ਦੇਣ ਦੇ ਮਾਰੇ ਆਪਾਂ ਬੱਚਿਆਂ ਦੇ ਸਵੇਰੇ ਬਣਾ ਬਣਾ ਕੇ ਡੱਬਿਆਂ ਦੇ ਵਿੱਚ ਮੈਗੀ ਵਰਗੀਆਂ ਚੀਜ਼ਾਂ ਜਾਂ ਮੈਦੇ ਵਾਲੀਆਂ ਚੀਜ਼ਾਂ ਭਰੀ ਜਾਂਦੇ ਹਾਂ ਡੱਬਿਆਂ 'ਚ ਦਿੰਦੇ ਹਾਂ। ਤੁਸੀਂ ਦੇਖੋ ਸਵੇਰ ਦਾ ਖਾਣਾ ਭਰਿਆ ਹੋਇਆ ਬੱਚੇ ਨੇ ਦੁਪਹਿਰ ਨੂੰ ਸਕੂਲ ਦੇ ਵਿੱਚ ਖਾਣਾ, ਉਹ ਤਾਂ ਵੈਸੇ ਬੇਹਾ ਖਾਣਾ ਤਾਂ ਵੈਸੇ ਹੀ ਜ਼ਹਿਰ ਦੇ ਬਰਾਬਰ ਹੁੰਦਾ, ਕਿਉਂਕਿ ਬੇਹਾ ਖਾਣਾ ਇੱਕ ਮੁਰਦਾ ਇਨਸਾਨ ਦੇ ਕਹਿ ਲਓ ਬਰਾਬਰ ਆ ਉਹ। ਜਦੋਂ ਆਪਾਂ ਮੁਰਦਾ ਖਾਣਾ ਖਾਵਾਂਗੇ ਤਾਂ ਉਹ ਦੇਖੋ ਤੁਸੀਂ ਇੱਕ ਵੱਡਾ ਦੇਖੋ 20-25 ਸਾਲ ਦਾ ਇਨਸਾਨ ਤਾਂ ਵੱਖਰੀ ਗੱਲ ਹੈ, ਇੱਕ ਛੋਟਾ 3-4 ਸਾਲ ਦਾ ਬੱਚਾ ਜਦੋਂ ਉਸ ਚੀਜ਼ ਨੂੰ ਖਾ ਰਿਹਾ ਹੈ ਐਡੀ ਜ਼ਹਿਰ ਨੂੰ, ਉਹਦੀ ਅੰਤੜੀ 'ਚ ਦਿਨ ਪਰ ਦਿਨ ਅੰਦਰ ਜੰਮਦਾ ਜਾਊਗਾ ਤਾਂ ਬੱਚਿਆਂ ਨੂੰ ਬਿਮਾਰੀਆਂ ਦੇਖੋ ਤੁਸੀਂ 8-8, 10-10 ਦੇ ਸਾਲ ਦੇ ਜਿਹੜੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਸ਼ੂਗਰ ਹੋਇਆ ਹੋਇਆ। ਉਹ ਕਿਉਂ ਹੋਇਆ ਹੋਇਆ? ਸਿਰਫ ਕਾਰਨ ਇਹੀ ਹੈ, ਜਦੋਂ ਬੱਚਿਆਂ ਦੇ ਲੀਵਰ ਕਮਜ਼ੋਰ ਹੋ ਗਏ, ਮਿਹਦੇ ਕਮਜ਼ੋਰ ਹੋ ਗਏ, ਤਾਂ ਉਸ ਸਮੇਂ ਬਿਮਾਰੀਆਂ ਤੋਂ ਫਿਰ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਜੀ। ਵੈਸਾ ਮੇਰਾ ਇੱਕ ਸਵਾਲ ਹੈ, ਬੱਚਿਆਂ ਦਾ ਮਨ ਵੀ ਦੇਸੀ ਘੀ ਹੋ ਗਿਆ, ਦੁੱਧ ਹੋ ਗਿਆ, ਦਹੀਂ ਹੋ ਗਿਆ, ਉੱਧਰ ਨੂੰ ਮੁੜਦਾ ਜਾ ਰਿਹਾ, ਉਹ ਖਾਂਦੇ ਨਹੀਂ। ਜੇ ਮਾਪੇ ਕਹਿੰਦੇ ਨੇ ਬੇਟਾ ਤੁਸੀਂ ਮੈਗੀ ਨਾ ਖਾਓ, ਬਰਗਰ ਨਾ ਖਾਓ, ਤੁਹਾਨੂੰ ਮੈਂ ਦਲੀਆ ਬਣਾ ਦਿੰਦੀ ਹਾਂ, ਪੋਹਾ ਬਣਾ ਦਿੰਦੀ, ਪਰ ਖਾਂਦੇ ਨਹੀਂ ਬੱਚੇ, ਉਹਨਾਂ ਦਾ ਮਨ ਮੁੜਦਾ ਜਾ ਰਿਹਾ ਚੀਜ਼ਾਂ ਤੋਂ। ਨਹੀਂ ਸਰ, ਇਹ ਮੈਂ ਤੁਹਾਨੂੰ ਗੱਲ ਪਹਿਲਾਂ ਕਹਿ ਚੁੱਕਿਆ
क्योंकि जिदा जिहा जा तुसी बीजोंगे उहा जा वढ़ना पैना है। असल सियाणियां दी कहावत है तुसी जिहा जा बच्चे नूं शुरू तो बचपन तो जिही जी खुराक ते लाओगे उन्हें उदा दी खुराक ते जाना। जे उहनूं तुसी कह लो भी गुड़ती हो इस हिसाब दी दिंदे हो भी हाँ दुध मखणा नाल पले तो क्यों नहीं हैगा भी बच्चे का मन उधर नूं नहीं जाऊगा। जिहियां चीज़ां दा तुसी बच्चे नूं स्वाद दोगे बचपन तो वह उदा 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 ही जाऊगा। हुण बच्चे नूं की पता भी बर्गर दी रेहड़ी कित्थे लगदी है, दो साल दे बच्चे नूं पता ठीक है, जदों उन्हों पच पता ही नहीं हैगा भी वह कि चीज़ कितों मिलती है की है। जदों असी उन्हों उस चीज़ का टेस्ट दिखाने हैं तो वह बच्चे उस चीज़ का टेस्ट पै जाता है, फिर वह दुध दही मखण के वल नहीं झाकूगा, वह सिर्फ वो तलिया मसालेदार चीज़ों वल झाकूगा क्योंकि उन्होंने टेस्ट है, क्योंकि जीभ का स्वाद है एक ठीक है। जिहड़ा जीभ का स्वाद जदों पै गया फिर वह बहुत शरीर को देख लो दिन पर दिन बीमारियों वाल लैके जाता। मेन कारण यह है भी जिदा के जोड़े है माँ बाप जिदा का आप बचपन ज बच्चे खाना खाना शुरू कराने वो उदा दे हौली 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 जाके उदा दे ही खाने खाऊगा। हूँ बच्चे तुम देख लो अज के समय के इदा के बच्चे ने जोड़े घर खाना नहीं खाते है, अपने घर खाना नहीं खाते, उन्होंने दुपहरे भी खाना बहर खाना शाम को भी बर्गर खा के घर आ जाना, वो तुम देखो भी वह तंदुरुस्ती वाल बढ़न के किमें, पेट उन्होंने फुली जाते हैं, शरीर घटी जाते हैं दिन पर दिन। उन्होंने तुम देखो भी पांच पांच साल सत सत साल के बच्चों तुरदे तो भजदे समय सह चढ़ क्यों चढ़ता, क्योंकि जोड़े असली विटामिन मिनरल जोड़े सानू घर की खुराक चो मिलने हैं वह सानू मिले नहीं रहे। जदों नहीं वह खुराक चो मिलने तो वह देखो भी बच्चे कमजोर होणगे, कमजोर होना ही नहीं सगों वह बीमारियां वाल नू वधदे जाणगे जी। वैसा बच्चों नू की खवाइए जो तंदुरुस्त हो सकन ते उन्हां दी इम्यूनिटी भी वधे जी। जी देखो हुण आयुर्वेदा की आपां गल करिए इस हिसाब के नाल आयुर्वेदा दे विच बहुत लोग कह दें भी हाँ जी बच्चे का साढ़े का कद नहीं वधदा जां बच्चा साडा वध फुल नहीं रहा, असी नैचुरल तरीके दे नाल उहदी ग्रोथ करते हैं। कई बार हुण तुसीं देखो बहुत माँ बाप भी तुसीं देखे हैं भी बच्चा वध फुल नहीं रहा, उहदा उहनूं प्रोटीन पाउडर दे जां स्टोर तो किसी तो लैके प्रोटीन पाउडर जां डब्बा कोई कोई भी चॉकलेट फ्लेवर दा जां कुछ इदां दे डब्बे उन्हां नूं पिलाई जांदे आ जी, उहनां दे विच की हुंदे आ उह ज़्यादातर स्टीरोइड देई जांदे ने, उह बच्चा तुहाडा इक वारी तां फुल जांदा पर ओ नाल साइड इफेक्ट भी देखो किन्ना उहदा। इस करके जिहड़ी नैचुरल खुराक है बच्चे नूं डेली तुसीं लस्सी पीण नूं दो, सलाद और फ्रूट उहनूं रजमा दो, स्कूल दे विच भी उहनूं सलाद और फ्रूट ज़्यादा दो, उहदे नाल ही जिहड़ा हैगा बच्चों की सेहत जिहड़ी तंदुरुस्त रह सकती है। बाकी आयुर्वेदा दे विच जिहड़ा हैगा वह तुसीं देखो बच्चे का किसी का कद नहीं वधदा जां किसी का बच्चा वध फुल नहीं रहा जां उहदे बॉडी की ग्रोथ नहीं हो रही, उहनूं खाधा पीता नहीं लग रहा जां बच्चों नूं तुसीं अज दे समें च देखो भी भुखे नहीं लग रही, सारा सारा दिन एक रोटी भी नहीं खाते बच्चे, कब्जी की दिक्कत बहुत। देखो उही गल उत्थे आ गई ना, जदों मैदे वाले खाने खाणगे तां उह अंतड़ी दे विच खुश्क हो जाणगे जम्मणगे अंदर जाके तां कब्ज़ अपने आप रहूगी। देखो जिन्नी कब्ज़ रहूगी बच्चे नूं उन्ना उहदा शरीर होर कमजोर हुंदा जाऊगा, क्योंकि लीवर दे अंदर उहदी गर्मी इन्नी भर जांदी है लीवर कम करना बंद कर जांदा, उहदे करके उहनूं भुख भी मर जाणी है ते अंदर खुशकी भी होर वधणी है, इह समस्या आ रही है। इस करके भी थोड़ा जिहा सानूं समझण दी जरूरत है जिहड़े अपने आउण वाली जिहड़ी पीढ़ी है उहदे शरीरां नूं सांभिया जावे जी। वैसा बच्चों के बिच ना एक चिड़चिड़ापन देख बिल्कुल जी, वह बच्चे चिड़चिड़े हो जाते हैं, माँ बाप भी डरते हैं भी यदा विकाणू मूड होर खराब कर रहे हैं लाई दें चीज़ उन्होंने किमें चिड़चिड़ापन। चिड़चिड़ापन का मेन कारण है जी पेट के गर्मी होना जी ठीक है जी। बच्चा एक चिड़चिड़ापन ज़्यादा बच्चे छोटे बच्चे दे विच चिड़चिड़ापन उदों ही आउंदा जदों बच्चे दे पेट दे विच गर्मी हुंदी है, वह पेट की गर्मी सब तो वध साढ़े दिमाग नूं खराब करती है, दिमाग नूं चढ़ जाती है। कई लोगों तो हुण तुसीं सुनिया भी होना है भी साढ़े गैस बन के जां तेजाब बन के दिमाग नूं चढ़ जाता है जी, दिमाग फिर घूमया जाता चकराउंदा बिना गल तो चिड़चिड़ापन जां गुस्सा बहुत आउंदा हाइपर बहुत हो जाने मूँह लाल हो जाता है, वह सारा कारण है पेट की गर्मी का। जे तुहाडा पेट तंदुरुस्त है दुरुस्त है ਤਾਂ ਤੁਹਾਡੀ ਪੂਰੀ ਜਿਹੜੀ ਬਾਡੀ ਆ ਉਹ ਸਟੇਬਲ ਰਹਿੰਦੀ ਹੈ, ਅਗਰ ਤੁਹਾਡਾ ਜੇ ਪੇਟ ਖਰਾਬ ਹੈ ਤਾਂ ਤੁਹਾਡਾ ਦੇਖ ਲਓ ਪੂਰਾ ਜਿਹੜੀ ਬਾਡੀ ਆ ਉਹ ਡਿਸਬੈਲੈਂਸ ਹੋ ਜਾਂਦੀ ਹੈ ਡਿਸਟਰਬ ਹੋ ਜਾਂਦੀ ਹੈ ਜੀ। ਵੈਸਾ ਇੱਕ ਮੇਰਾ ਹੋਰ ਸਵਾਲ ਹੈ ਤੁਹਾਨੂੰ, ਜਿਹੜੇ 4-5 ਸਾਲ ਦੇ ਬੱਚੇ ਹੁੰਦੇ ਆ 6 ਸਾਲ ਦੇ ਉਹਨੂੰ ਐਨਕਾਂ ਲੱਗ ਜਾਂਦੀਆਂ ਨੇ ਜੀ, ਉਹਦਾ ਕਾਰਨ ਕੀ ਦੇਖਦੇ? ਦੇਖੋ ਜੀ ਐਨਕਾਂ ਦਾ ਕਾਰਨ ਆ ਨਿਊਟ੍ਰੀਸ਼ਨ ਡੈਫੀਸ਼ੀਐਂਸੀ, ਹੁਣ ਦੂਜਾ ਕਾਰਨ ਅੱਜ ਤੋਂ ਸਭ ਤੋਂ ਵੱਧ ਆ ਜਿਹੜਾ ਬੱਚੇ ਤੁਸੀਂ ਦੇਖੋ 2-2.5-2.5 ਸਾਲ ਦੇ ਬੱਚਿਆਂ ਨੂੰ ਜੇ ਤੁਸੀਂ ਖੇਡ ਪਾ ਦਿੰਦੇ ਆ ਘਰ ਵਿੱਚ ਮਾਂ ਬਾਪ ਉਹਨਾਂ ਦੇ ਮੂਹਰੇ ਅੱਗੇ ਮੋਬਾਈਲ ਰੱਖ ਦੇਣਾ ਜਾਂ ਉਹਨਾਂ ਨੂੰ ਟੀਵੀ ਦੇ ਅੱਗੇ ਬਿਠਾ ਦੇਣਾ, ਹੁਣ ਤੁਸੀਂ ਦੇਖੋ ਇੰਨਾ ਛੋਟਾ ਬੱਚਾ ਹੈ ਉਹਦਾ ਸਰੀਰ ਪਹਿਲਾਂ ਤਾਂ ਦੇਖੋ ਕਿੰਨਾ ਨਾਜ਼ੁਕ ਹੈ ਨਾ, 4-5 ਸਾਲ ਦੇ ਬੱਚੇ ਦਾ ਸਰੀਰ ਕਿੰਨਾ ਨਾਜ਼ੁਕ ਹੁੰਦਾ, ਉਹਦੀ ਬਾਡੀ ਨੇ ਹੌਲੀ ਹੌਲੀ ਗਰੋ ਕਰਨਾ, ਜਦੋਂ ਇੰਨੇ ਛੋਟੇ ਬੱਚੇ ਦੇ ਉੱਪਰ ਆਪਾਂ ਇੰਨਾ ਉਹਦੀਆਂ ਅੱਖਾਂ 'ਤੇ ਪ੍ਰੈਸ਼ਰ ਪਏਗਾ ਤਾਂ ਉਹਦੇ ਐਨਕਾਂ ਦਾ ਇੱਕ ਲੱਗਣਾ ਆਮ ਗੱਲ ਹੈਗੀ ਹੈ ਜੀ। ਸੋ ਪੰਗੂ ਸਾਹਿਬ ਆਯੁਰਵੇਦ ਦੇ ਵਿੱਚ ਦਵਾਈਆਂ ਵੀ ਨੇ ਬੱਚਿਆਂ ਦੇ ਬਿਮਾਰੀਆਂ ਨੂੰ ਲੈ ਕੇ, ਉਹ ਜਿਹੜੀ ਦਵਾਈ ਆ ਉਹ ਕਿੰਨੇ ਸਮੇਂ 'ਚ ਅਸਰ ਕਰਦੀ ਹੈ?
ਤੇ ਪੱਕਾ ਇਲਾਜ ਕੀ ਹੈ ਜੇ ਜੜੋਂ ਖਤਮ ਕਰਨਾ ਹੈ ਜੜਾਂ ਉਹ ਖਤਮ ਹੈ ਕਿਸੇ ਬੱਚੇ ਦਾ ਜਿਵੇਂ ਕੱਦ ਨਹੀਂ ਵੱਧਦਾ ਹੈਗਾ ਕਿਸੇ ਨੂੰ ਭੁੱਖ ਨਹੀਂ ਲੱਗਦੀ ਹੈਗੀ ਜਾਂ ਬੱਚੇ ਦਾ ਸਰੀਰ ਕਮਜ਼ੋਰ ਬਹੁਤ ਹੈ ਜਾਂ ਤੁਸੀਂ ਦੇਖਿਆ ਬੱਚਿਆਂ ਦੇ ਫੇਸ ਤੇ ਅੱਜ ਕੱਲ੍ਹ ਜਿਵੇਂ ਗਲੋਏ ਨਹੀਂ ਆਉਂਦਾ ਹੈਗਾ ਕਾਲ ਸਹੀ ਜਾਂਦੀ ਹੈ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਦਾ ਆਪਣੇ ਆਯੁਰਵੇਦ ਦੇ ਵਿੱਚ ਬਹੁਤ ਹੀ ਨੈਚੁਰਲ ਤਰੀਕੇ ਨਾਲ ਬਹੁਤ ਵਧੀਆ ਢੰਗ ਹੈ ਪਰ ਬੰਦਾ ਥੋੜ੍ਹਾ ਸਬਰ ਵਾਲਾ ਰੱਖਣਾ ਚਾਹੀਦਾ ਹੈ ਉਹਦੇ ਨਾਲ ਥੋੜ੍ਹੇ ਜਿਹੇ ਤੁਹਾਡੇ ਪਰਹੇਜ਼ ਹੈ ਨਾਲ ਤੁਹਾਡੀ ਡਾਇਟ ਹੈ ਜਿੰਨੀ ਉਹ ਰੱਖਦੇ ਆ ਉਨਾ ਹੀ ਜ਼ਿਆਦਾ ਜਲਦੀ ਜਿਹੜਾ ਸਰੀਰ ਹੈ ਉਹ ਵਧੀਆ ਅੱਛਾ ਬਣਨ ਲੱਗ ਜਾਂਦਾ ਤੇ ਗਰੋ ਕਰਨ ਲੱਗ ਜਾਂਦਾ ਜੀ ਵੈਸਾ ਬੱਚਿਆਂ ਦੇ ਮੂੰਹ ਦੇ ਉੱਤੇ ਨਾ ਚਿੱਟੇ ਚਿੱਟੇ ਚਟਾਕ ਪੈ ਜਾਂਦੇ ਨੇ ਉਹ ਕੀ ਕਾਰਨ ਹੈ ਜੀ ਦੇਖੋ ਜੀ ਉਹਨਾਂ ਦਾ ਕਾਰਨ ਹੈ ਜ਼ਿਆਦਾਤਰ ਬੱਚਿਆਂ ਦੇ ਪੇਟ ਦੇ ਵਿੱਚ ਕੀੜੇ ਹੋਣੇ ਜਾਂ ਬੱਚਿਆਂ ਨੂੰ ਕੈਲਸ਼ੀਅਮ ਦੀ ਕਮੀ ਜ਼ਿਆਦਾ ਆ ਜਾਣੀ ਹੁਣ ਤੁਸੀਂ ਦੇਖੋ ਬੱਚੇ ਨਾ ਤਾਂ ਦੁੱਧ ਪੀਂਦੇ ਨੇ ਨਾ ਦਹੀਂ ਲੈਂਦੇ ਨੇ ਲੱਸੀ ਜਾਂ ਘਿਓ ਖਾ ਕੇ ਬੱਚਿਆਂ ਨੂੰ ਅੱਜ ਕੱਲ੍ਹ ਕਹਿ ਲਓ ਹਜ਼ਮ ਨਹੀਂ ਹੁੰਦਾ ਉਲਟੀਆਂ ਆ ਜਾਂਦੀਆਂ ਨੇ ਉਹ ਕੈਲਸ਼ੀਅਮ ਸਾਨੂੰ ਪੂਰਾ ਕਿੱਥੋਂ ਹੋਊਗਾ ਸਭ ਤੋਂ ਜਿਹੜਾ ਵੱਧ ਹੈ ਸਾਡੀ ਬੋਡੀ ਨੂੰ ਕੈਲਸ਼ੀਅਮ ਚਾਹੀਦਾ ਪੂਰਾ ਸਾਡਾ ਸਕੈਲਟਨ ਸਿਸਟਮ ਆ ਜਿਹੜਾ ਸਾਡਾ ਪਿੰਜਰ ਹੈਗਾ ਹੱਡੀਆਂ ਦਾ ਉਹ ਪੂਰਾ ਹੀ ਬਣਿਆ ਹੋਇਆ ਸਾਡੇ ਕੈਲਸ਼ੀਅਮ ਤੋਂ ਅਗਰ ਕੈਲਸ਼ੀਅਮ ਨਹੀਂ ਲਵਾਂਗੇ ਤਾਂ ਸਭ ਤੋਂ ਵੱਧ ਡੈਫੀਸ਼ੈਂਸੀ ਇੱਦਾਂ ਦੇ ਜਿਹੜੇ ਹੈਗੇ ਆ ਉਹ ਸਾਨੂੰ ਜਿਹੜੇ ਸਾਈਨ ਐਂਡ ਸਿਮਟਮ ਜਿਹੜੇ ਹੈਗੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ ਵੀ ਸਰੀਰ ਦੇ ਵਿੱਚ ਇਹ ਵਿਟਾਮਿਨ ਅਤੇ ਇਹ ਜਾਂ ਇੱਦਾਂ ਦੇ ਕੈਲਸ਼ੀਅਮ ਦੀ ਕਮੀ ਆਉਣੀ ਸ਼ੁਰੂ ਹੋ ਗਈ ਉਸ ਤੋਂ ਆਪਾਂ ਨੂੰ ਸੁਚੇਤ ਹੋ ਕੇ ਟਾਈਮ ਦੇ ਨਾਲ ਹੀ ਉਸ ਚੀਜ਼ ਦਾ ਇਲਾਜ ਜਿਹੜਾ ਕਰਾਉਣਾ ਚਾਹੀਦਾ ਨਹੀਂ ਅੱਗੇ ਜਾ ਕੇ ਤੁਸੀਂ ਇਹ ਕਹਿ ਲਓ ਵੀ ਬੱਚਿਆਂ ਦੇ ਵਿੱਚ ਕਮਜ਼ੋਰੀ ਬਹੁਤ ਆਉਂਦੀ ਹੈ ਤੁਸੀਂ ਦੇਖੋ ਅੱਜ ਦੇ ਸਮੇਂ 'ਚ ਤੁਸੀਂ ਦੇਖਿਆ ਵੀ 18-19 ਸਾਲ ਦੇ ਬੱਚਿਆਂ ਨੂੰ ਯੂਰਿਕ ਐਸਿਡ ਜਾਂ ਗਠੀਆ ਹੋਇਆ ਹੋਇਆ ਜੀ ਉਹ ਸਾਰਾ ਹੀ ਕਾਰਨ ਹੈ ਹੱਡੀਆਂ ਦਾ ਕਮਜ਼ੋਰ ਹੋਣਾ ਜਿੰਨੀਆਂ ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ ਉਹਨਾਂ ਨੂੰ ਪੂਰੀ ਨਰਿਸ਼ਮੈਂਟ ਨਹੀਂ ਮਿਲੂਗੀ ਪੂਰੀ ਉਹਨਾਂ ਨੂੰ ਕੈਲਸ਼ੀਅਮ ਨਹੀਂ ਮਿਲੂਗੀ ਉਹ ਇਸ ਕਰਕੇ ਕਮਜ਼ੋਰ ਹੋਣ ਦੇ ਨਾਲ ਬਾਅਦ ਦੇ ਵਿੱਚ ਜਾ ਕੇ ਇੱਦਾਂ ਦੀਆਂ ਪਰੇਸ਼ਾਨੀਆਂ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਸੋ ਇਹ ਸਾਡੇ ਨਾਲ ਵੈਦ ਜਗਰੂਪ ਸਿੰਘ ਜੀ ਭੰਗੂ ਜਿਨ੍ਹਾਂ ਨੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਉਹ ਇੱਕ ਵਾਰ ਇਹਨਾਂ ਨੂੰ ਆ ਕੇ ਜ਼ਰੂਰ ਮਿਲੋ ਅਤੇ ਜਾਣਕਾਰੀ ਸਾਂਝੀ ਕਰੋ ਵੀ ਸਾਡੇ ਬੱਚੇ ਨੂੰ ਇਹ ਸਮੱਸਿਆ ਪਾਈ ਕੀ ਹੱਲ ਹੋ ਸਕਦਾ ਜ਼ਰੂਰ ਵੈਦ ਜੀ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਮੋਬਾਈਲ ਨੰਬਰ ਦੱਸ ਦਿਓ ਅਤੇ ਆਪਣਾ ਐਡਰੈਸ ਦੱਸ ਦਿਓ ਜੀ ਸਾਡਾ ਪਤਾ ਹੈਗਾ ਜੀ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੀ ਇਹ ਅਤੇ ਸਾਡਾ ਮੋਬਾਈਲ ਨੰਬਰ ਹੈਗਾ 70-09-84-41 90-411-88 ਸਾਡਾ ਨੰਬਰ ਹੈ ਜੀ ਅਤੇ ਕਿਹੜੇ ਕਿਹੜੇ ਦਿਨ ਬੈਠਦੇ ਡਾਕਟਰ ਸਾਹਿਬ ਇੱਥੇ ਸਾਡੇ ਜੀ ਸੰਘੋਲ ਦੇ ਵਿੱਚ ਵੀਰਵਾਰ ਨੂੰ ਛੁੱਟੀ ਹੁੰਦੀ ਹੈ ਅਤੇ ਐਤਵਾਰ ਨੂੰ ਸਾਡਾ ਮਿਲਣ ਦਾ ਜਿਹੜਾ ਹੈਗਾ ਉਹ ਥਾਂ ਹੈਗੀ ਆ ਲੁਧਿਆਣਾ ਦੁਗਰੀ ਦੇ ਵਿੱਚ ਐਤਵਾਰ ਨੂੰ ਮਿਲ ਸਕਦੇ ਹੋ ਬਾਕੀ ਵੀਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਸੰਘੋਲ ਦੇ ਵਿੱਚ ਮਿਲਦੇ ਹਾਂ ਜੀ ਜੀ ਹੋਰ ਕੋਈ ਬਿਮਾਰੀ ਦੀ ਜਾਣਕਾਰੀ ਲੈਣ ਲਈ ਅਸੀਂ ਫਿਰ ਇਹਨਾਂ ਕੋਲ ਆਵਾਂਗੇ ਅਤੇ ਗੱਲਬਾਤ ਕਰਾਂਗੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਬਿੱਟੂ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ